ਕਿਵੇਂ ਲੈ ਲੈਂਦੀਆਂ ਨੇ ਔਰਤਾਂ ਅੱਜ ਦੀ ਜਵਾਨੀ ਨੂੰ ਵੀਡੀਓ ਕਾਲ ਕਰਕੇ ਆਪਣੇ ਚਾਂਸੇ ਦੇ ਵਿੱਚ ਤੇ ਕਰਦੀਆਂ ਨੇ ਬਾਅਦ ਵਿੱਚ ਬਲੈਕਮੇਲ ਕਿਸ ਤਰੀਕੇ ਦੇ ਨਾਲ ਪਹਿਲਾਂ ਬੰਦੇ ਦੀ ਹਵਾਸ ਜਗਾਈ ਜਾਂਦੀ ਹੈ ਬੰਦੇ ਨੂੰ ਬੇਬੀ ਬੇਬੀ ਕਹਿ ਕੇ ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰੀਆਂ ਜਾਂਦੀਆਂ ਤਾਂ ਫਿਰ ਉਸ ਨੂੰ ਕੀਤਾ ਜਾਂਦਾ ਮਜਬੂਰ ਔਨਲਾਈਨ ਸੈਕਸ ਦੇ ਲਈ ਇਨਸਾਨ ਨੂੰ ਆਪਣੇ ਪ੍ਰਾਈਵੇਟ ਪਾਰਟ ਦਿਖਾਉਣ ਲਈ ਮਜਬੂਰ ਕੀਤਾ ਜਾਂਦਾ ਤੇ ਫਿਰ ਬਣਾਈ ਜਾਂਦੀ ਹੈ ਉਸ ਦੀ ਵੀਡੀਓ ਕੀਤਾ ਜਾਂਦਾ ਸਕਰੀਨ ਨੂੰ ਰਿਕਾਰਡ ਉਸ ਗੰਦੀ ਵੀਡੀਓ ਨੂੰ ਬਣਾਉਣ ਤੋਂ ਬਾਅਦ ਇਨਸਾਨ ਤੋਂ ਮੰਗੇ ਜਾਂਦੇ ਆ ਲੱਖਾਂ ਰੁਪਏ ਜੇ ਤੁਸੀਂ ਲੱਖਾਂ ਰੁਪਏ ਉਸ ਔਰਤ ਨੂੰ ਨਹੀਂ ਦਿੰਦੇ ਤਾਂ ਉਸ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਿ ਤੇਰੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਮਨੀ ਕਲਾਰ ਤੇ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਬਹੁਤ ਚੱਲਦੀਆਂ ਆਈਆਂ ਕਿ ਨੌਜਵਾਨਾਂ ਨੂੰ ਸੈਕਸ ਵਾਲੇ ਤਰੀਕੇ ਦੇ ਨਾਲ ਜੋੜ ਕੇ ਲੋਕਾਂ ਨੂੰ ਇੱਕ ਵਾਰੀ ਉਹਨਾਂ ਦੀ ਵੀਡੀਓ ਰਿਕਾਰਡ ਕਰੋ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰੋ ਤੇ ਲੱਖਾਂ ਰੁਪਈਆ ਉਹਨਾਂ ਤੋਂ ਲੈ ਲਓ ਜਿਹੜੇ ਤਾਂ ਤਗੜੇ ਹੁੰਦੇ ਆ ਉਹ ਤਾਂ ਲੱਖਾਂ ਰੁਪਈਆ ਦੇ ਵੀ ਦਿੰਦੇ ਹੋਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਹੋ ਜਿਹੀਆਂ ਗੱਲਾਂ ਚੱਲਦੀਆਂ ਔਰ ਤਗੜੇ ਦੇ ਨਾਲ-ਨਾਲ ਜਿਹੜਾ ਸਮਝਦਾਰ ਹੈ ਉਹ ਇਸ ਚੀਜ਼ ਨੂੰ ਭਾਪ ਜਾਂਦਾ ਸੋ ਪਿਛਲੇ ਦਿਨਾਂ 'ਚ ਮੈਂ ਇੱਕ ਕਹਾਣੀ ਸੁਣੀ ਸੀਗੀ ਨੌਜਵਾਨ ਨਾਲ ਇਦਾਂ ਧੱਕਾ ਹੋਇਆ ਤਾਂ ਇਹੋ ਜਿਹੇ ਮੌਕੇ ਜਦੋਂ ਕਿਸੇ ਨੌਜਵਾਨ ਨਾਲ ਇਹੋ ਜਿਹਾ ਧੱਕਾ ਹੁੰਦਾ ਆ ਤਾਂ ਉਹ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਆਪਣੀ ਜਾਨ ਥੱਥ ਤੋਂ ਬਿਛਦਾ ਸ਼ਰਮ ਦਾ ਮਾਰਿਆ ਲੋਕਾਂ ਚ ਵਿਚਰਨ ਤੋਂ ਕਹਿੰਦੇ ਡਰਦਾ ਅਗਰ ਸੁਸਾਈਡ ਕਰ ਜਾਂਦਾ ਤੇ ਇਹ ਜੀ ਹਰ ਕਿਸੇ ਤੋਂ ਤੁਹਾਡੇ ਨਾਲ ਨਾ ਹੋਵੇ ਤਾਂ ਮੈਂ ਇਸ ਲਈ ਇਹ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਿਹਾ ਅੱਜ ਮੇਰੇ WhatsApp ਦੇ ਉੱਤੇ ਇੱਕ ਮੈਸੇਜ ਆਉਂਦਾ ਜਿਸ ਤੇ DP ਦੇ ਉੱਪਰ ਕੁੜੀ ਦੀ ਫੋਟੋ ਲੱਗੀ ਹੁੰਦੀ ਹੈ ਤੇ ਉਸ ਫੋਟੋ ਦੇ ਉੱਤੇ ਹੈਲੋ ਹਾਊ ਆਰ ਯੂ ਦਾ ਮੈਸੇਜ ਆਉਂਦਾ ਹੈ ਤੇ ਦੇਖਣ ਨੂੰ ਇਦਾਂ ਲੱਗਦਾ ਕਿ ਨਾਰਮਲੀ ਗੱਲ ਕੋਈ ਸ਼ੁਰੂ ਹੋ ਰਹੀ ਜਦੋਂ ਜਵਾਬ ਦਿੱਤੇ ਸასი ਕਾਲ ਸასი ਕਾਲ ਹੈਲੋ ਹਾਈ ਹੋਈ ਉਸ ਤੋਂ ਬਾਅਦ ਗੱਲਾਂ ਜਿਹੜੀਆਂ ਚੱਲ ਪੈਂਦੀਆਂ ਨੇ ਕਿ ਤਾ ਤੁਸੀਂ ਸਿੰਗਲ ਹੋ ਜਾਂ ਤੁਸੀਂ ਕਿਤਾ ਮਤਲਬ ਇਹ ਪੁੱਛਿਆ ਜਾਂਦਾ ਤਾਂ ਹੌਲੀ ਹੌਲੀ ਗੱਲਾਂ ਨੂੰ ਦੂਜੇ ਪਾਸੇ ਲੈ ਕੇ ਜਾਂਦਾ ਵੀ ਤੁਸੀਂ ਇੰਟਰਸਟਿਡ ਹੋ ਐਦਾਂ ਦਾ ਕੁਝ ਵੀ ਕਰਨਾ ਜਿਹੜਾ ਬੰਦਾ ਤਾਂ ਸਿਆਣਾ ਜਿਹੜਾ ਬੰਦਾ ਸਮਝਦਾਰ ਆ ਉਹ ਉਸ ਚੀਜ਼ ਨੂੰ ਪਾਪ ਜਾਂਦਾ ਤਾਂ ਉਹ ਪਿੱਛੇ ਵਹੜ ਜਾਂਦਾ ਕਈ ਬਹੁਤ ਸਾਰੇ ਵੀਰ ਜਿਹੜੇ ਐਦਾਂ ਦੇ ਹੈਗੇ ਨੇ ਜਿਹੜੇ ਅ ਕਹਿ ਸਕਦੇ ਆ ਕਿ ਥੋੜੇ ਜਿਹਾ ਬੈਕਵਰਡ ਏਰੀਏ ਤੋਂ ਕਹਿ ਲੋ ਜਾਂ ਘਟ ਪੜੇ ਕਹਿ ਲੋ ਜਾਂ ਸਮਝ ਨਹੀਂ ਹੈਗੀ ਔਰ ਇਹ ਗੱਲਾਂ ਹੀ ਐਸੀਆਂ ਨੇ ਇਹਨਾਂ ਗੱਲਾਂ ਦੇ ਵਿੱਚ ਹਰ ਇੱਕ ਇਨਸਾਨ ਕਿਤੇ ਨਾ ਕਿਤੇ ਜਦੋਂ ਜੁੜਦਾ ਆ ਤਾਂ ਉਹ ਭੁੱਲ ਜਾਂਦਾ ਕਿ ਮੈਂ ਮੇਰਾ ਡਿਸੀਜਨ ਸਹੀ ਹੈ ਜਾਂ ਗਲਤ ਹੈ ਇਸੀ ਤੋਂ ਆਫ ਸਾਈਡ ਤੇ ਹੋ ਜਾਂਦਾ ਉਹ ਤਾਂ ਮੈਸੇਜ ਆਉਂਦੇ ਨੇ ਗੱਲਾਂ ਬਾਤਾਂ ਚੱਲਦੀਆਂ ਨੇ ਬਾਰ ਬਾਰ ਵੀਡੀਓ ਕਾਲ ਆਉਂਦੀ ਹੈ ਔਰ ਵੀਡੀਓ ਕਾਲ ਦੇ ਉੱਤੇ ਤੁਹਾਡੇ ਜਿਹੜੇ ਚੇਰਾ ਆ ਤੁਹਾਡਾ ਉਹ ਵੀ ਸਕਰੀਨ ਰਿਕਾਰਡਿੰਗ ਦੇ ਉੱਤੇ ਰਿਕਾਰਡਿੰਗ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਚੱਲ ਪੈਂਦਾ ਹੈ ਤੁਹਾਨੂੰ ਧਮਕਾਉਣ ਦਾ ਤਰੀਕਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜੇ ਕੋਈ ਵੀ ਤੁਹਾਨੂੰ ਕੋਲ ਅਨੋਨ ਨੰਬਰ ਤੋਂ ਕੋਈ ਫੋਨ ਕਰਕੇ ਤੁਹਾਨੂੰ ਇਸ ਤਰੀਕੇ ਦੇ ਸਵਾਲ ਕਰਦਾ ਕਿ ਤੁਸੀਂ ਸੈਕਸਲੀ ਇੰਟਰਸਟਿਡ ਹੋ ਤੁਸੀਂ ਚਾਹੁੰਦੇ ਹੋ ਕੁਝ ਦੇਖਣਾ ਤੁਸੀਂ ਵੀਡੀਓ ਕਾਲ ਤੇ ਆਓ ਤੁਸੀਂ ਇਕੱਲੇ ਹੋ ਜਾਂ ਤੁਹਾਡੇ ਕੋਲ ਕੋਈ ਹੈਗਾ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਤਾਂ ਥੋੜਾ ਜਿਹਾ ਤੁਸੀਂ ਉਸ ਚੀਜ਼ ਤੋਂ ਧਿਆਨ ਰੱਖਿਆ ਕਰੋ ਵਰਜਿਆ ਕਰੋ ਮਤਲਬ ਸਕਰੀਨਸ਼ਾਟ ਵੀ ਦਿਖਾਉਣਾ ਵੀਡੀਓ ਕਾਲਾਂ ਵੀ ਉਹਨਾਂ ਦੀਆਂ ਆਈਆਂ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਫੇਸ ਸ਼ੋ ਨਹੀਂ ਕੀਤਾ ਜਦੋਂ ਮੈਂ ਉਹਨਾਂ ਨੂੰ ਸਵਾਲ ਜਵਾਬ ਕਰਦਾ ਹਾਂ ਤਾਂ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਭਾਫ ਵੀ ਲੱਗੀ ਹੋਵੇ ਕਿ ਇਹ ਇਹ ਜੇ ਸਵਾਲ ਕਰਦਾ ਸ਼ਾਇਦ ਕੋਈ ਮੀਡੀਆ ਕਰਮੀ ਹੋਵੇ ਜਾਂ ਕੋਈ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਮਿੱਤਰਾਂ ਦੇ ਨਾਲ ਡਿਸਕਸ ਕਰਨ ਵਾਲਾ ਕੋ ਬੰਦਾ ਨਾ ਹੋਵੇ ਕੋਈ ਗੱਲ ਉਸ ਵੇਰੇ ਵੇ ਨਾਲ ਸਿਰੇ ਨਹੀਂ ਚੜੀ ਪਰ ਮੇਰਾ ਇਹ ਵੀਡੀਓ ਬਣਾਉਣਾ ਬਹੁਤ ਜ਼ਰੂਰੀ ਮੈਨੂੰ ਲੱਗਿਆ ਕਿ ਯਾਰ ਮੇਰ ਨਾਲ ਇਕੱਲੇ ਨਾ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਇਹੋ ਜਿਹਾ ਕੁਝ ਨਾ ਕੁਝ ਹੋਇਆ ਹੋਊਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦਾ ਕਿ ਅਨਨੋਨ ਨੰਬਰ ਦੇ ਉੱਤੋਂ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਆ ਤੁਹਾਨੂੰ ਅਨਨੋਨ ਨੰਬਰ ਦੇ ਉੱਤੋਂ ਕੋਈ ਮੈਸੇਜ ਆਉਂਦੇ ਆ ਤਾਂ ਥੋੜਾ ਜਿਹਾ ਉਸ ਚੀਜ਼ ਤੋਂ ਧਿਆਨ ਦਿਆ ਕਰੋ ਹਰ ਇੱਕ ਇਨਸਾਨ ਕੋਈ ਇੰਨੀ ਜਲਦੀ ਤੁਹਾਡੇ ਨਾਲ ਫਿਜ਼ੀਕਲੀ ਖੁੱਲਣ ਲਈ ਗੱਲ ਕਰੇ ਤਾਂ ਥੋੜਾ ਜਿਹਾ ਸੋਚਿਆ ਕਰੋ ਕਿ ਕਿਉਂ ਇਹ ਇਹ ਜਿਹੀ ਹਰਕਤਾਂ ਕਰ ਰਿਹਾ ਸਮਝਣ ਦੀ ਗੱਲ ਹੈ ਔਰ ਦੇਖਣ ਦੀ ਗੱਲ ਹੈ ਜੇ ਅਸੀਂ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਤੁਸੀਂ ਤੁਹਾਨੂੰ ਵੀਡੀਓ ਕਾਲ ਦੇ ਉੱਤੇ ਆ ਕੇ ਆਪਣਾ ਜਿਹੜਾ ਇਹ ਜਿਸਮ ਦੀ ਨਮਾਇਸ਼ ਕਰਦਾ ਨਮਾਇਸ਼ ਕਰਨ ਤੋਂ ਬਾਅਦ ਤੁਹਾਨੂੰ ਕਹਿੰਦਾ ਹੈ ਕਿ ਵੀ ਤੁਸੀਂ ਵੀ ਆਪਣਾ ਕੋਈ ਪ੍ਰਾਈਵੇਟ ਪਾਰਟ ਸ਼ੋਅ ਕਰੋ ਤਾਂ ਉਸ ਤੋਂ ਬਾਅਦ ਸਮਝੋ ਕਿ ਕਹਾਣੀ ਉਲਟੀ ਪੈਣ ਵਾਲੀ ਹੈ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਪਈ ਵੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਅਨਨੋਨ ਨੰਬਰ ਤੇ ਪਹਿਲੀ ਗੱਲ ਤਾਂ ਕੋ ਕੁੜੀ ਹੋਵੇ ਕੋਈ ਹੋਰ ਹੋਵੇ ਆ ਗੱਲਬਾਤ ਕਰਦਾ ਤਰੀਕੇ ਨਾਲ ਗੱਲ ਕਰੋ ਕਿਉਂਕਿ ਫੋਨ ਸਾਡੀ ਗੱਲ ਕਰਨ ਲਈ ਨੇ ਅਸੀਂ ਗਲਤ ਕਰਨੀ ਆ ਬਟ ਕਿਤੇ ਨਾ ਕਿਤੇ ਜਦੋਂ ਸਾਨੂੰ ਕੋਈ ਗਲਤ ਤਰੀਕੇ ਨਾਲ ਸਾਡੀ ਵੀਡੀਓ ਜਾਂ ਗਲਤ ਤਰੀਕੇ ਨਾਲ ਸਾਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਾਨੂੰ ਉਸ ਚੀਜ਼ ਤੋਂ ਆਪਣੇ ਆਪ ਨੂੰ ਵਰਜਣਾ ਵੀ ਚਾਹੀਦਾ ਆਪਣੇ ਆਪ ਨੂੰ ਉਸ ਚੀਜ਼ ਤੇ ਕੰਟਰੋਲ ਵੀ ਕਰਨਾ ਚਾਹੀਦਾ ਸੋ ਆਪਣਾ ਧਿਆਨ ਰੱਖੋ ਕਿਉਂਕਿ ਇਹ ਜਿਹੜੀਆਂ ਗੱਲਾਂ ਛੋਟੀਆਂ ਨਹੀਂ ਬਹੁਤ ਵੱਡੀ ਗੱਲ ਹੈ ਤੇ ਇਸ ਚੀਜ਼ ਤੇ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਆਪ ਸ਼ੋਅ ਕਰਦੇ ਹਾਂਗੇ ਸਾਰਾ ਕੁਝ ਜਾਂ ਅਸੀਂ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਨਾ ਮੂਡ ਦੇ ਵਿੱਚ ਬੰਦਾ ਕਹਿੰਦਾ ਵੀ ਚੱਲ ਕੋਈ ਨਿੰਦਾ ਦੇਖੀ ਜੂ ਜੋ ਹੁੰਦਾ ਬਟ ਆਉਣ ਵਾਲਾ ਕੱਲ ਜਿਹੜਾ ਆ ਉਹ ਬਹੁਤ ਵੜਾ ਹੋ ਜਾਂਦਾ ਸੋ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਅਨਨੋਨ ਨੰਬਰ ਦੇ ਉੱਤੋਂ ਕਾਲ ਆਉਂਦੀ ਹੈ ਮੈਂ ਤੁਹਾਨੂੰ ਉਹਦੀ ਜਿਹੜੇ ਸਕਰੀਨ ਸ਼ਾਟ ਨੇ ਉਹ ਵੀ ਮੈਂ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਉਹਦੀ ਟੀਪੀ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਔਰ ਮੈਨੂੰ ਪਰਮਾਉਣ ਦੀ ਪੂਰੀ ਟਰਾਈ ਹੋ ਰਹੀ ਸੀ ਬਟ ਕਿਦੇ ਹੁੰਦੇ ਆ ਕਿ ਜਦੋਂ ਤੁਹਾਨੂੰ ਸਮਝ ਆ ਤੁਸੀਂ ਉਹਦੀਆਂ ਗੱਲਾਂ 'ਚ ਨਹੀਂ ਆਉਂਦੇ ਸੋ ਮੇਰਾ ਫਰਜ਼ ਬਣਦਾ ਤੁਹਾਨੂੰ ਮੈਂ ਦੱਸਾਂ ਔਰ ਨੰਬਰ ਵੀ ਇੱਥੇ ਮੈਂ ਸ਼ੋ ਕਰਦਾ ਤੁਸੀਂ ਉਹ ਨੰਬਰ ਨੂੰ ਆਪਣੇ ਵਟਸਐਪ ਤੇ ਡਾਇਲ ਕਰਕੇ ਦੇਖ ਲਿਓ ਬੀਕੇ ਦਾ ਜਈਆਰੀ ਹੁੰਦਾ ਵੀ ਇਹ ਕਹਿਣਾ ਹੈ ਫੀ ਕਿਸ ਗਿਆ ਜੇ ਕਿਦਾਂ ਕਿਉਂਕਿ ਦੁਨੀਆ ਤੇ ਬਹੁਤ ਕੁਝ ਉਹਨੇ ਆਪਣ ਨੂੰ ਆਪਣ ਨੂੰ ਦਿੱਲੀ ਦਾ ਦੱਸਿਆ ਮੈਂ ਦਿੱਲੀ ਤੋਂ ਆ ਮੈਂ ਤੁਹਾਡਾ ਕਿਸੇ ਆਈਡੀ ਤੋਂ ਨੰਬਰ ਲਿਆ ਮੈਂ ਇਦਾਂ ਉਦਾਂ ਕਰਕੇ ਬੜੀਆਂ ਸਾਰੇ ਲollipope ਕੀਤੇ ਹਨਾ ਤੇ ਹੱਲੇ ਤੱਕ ਕੋਈ ਅੱਗੇ ਗੱਲ ਨਹੀਂ ਚੱਲੀ ਜੇ ਜਿੱਦਾਂ ਹੀ ਕੋਈ ਗੱਲ ਅੱਗੇ ਚਲਦੀ ਆ ਤਾਂ ਉਹ ਵੀ ਵਿੱਚ ਸ਼ੋ ਕਰੂੰਗਾ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਵੀਡੀਓ ਨੂੰ ਦੇਖਿਆ ਤੁਹਾਡਾ ਸਾਰੇ ਦਾ ਧੰਨਵਾਦ ਪਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਲੋਕਾਂ ਤੋਂ ਬਚੋ ਲੋਕ ਤਨੂੰ ਲੁੱਟਣ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਤੁਸੀਂ ਦੇਖਣਾ ਤੁਸੀਂ ਲੁੱਟ ਹੋਣਾ ਜਾਂ ਆਪਣੀ ਬੇਇੱਜ਼ਤੀ ਕਰਾਉਣੀ ਜਾਂ ਕਿਦਾਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਨ੍ਹਾਂ ਕੁੜੀਆਂ ਦੇ ਇਨ੍ਹਾਂ ਔਰਤਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਸੋ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇ ਕੇ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨੀ